ਅੱਗੇ ਕਿਧਰ ਸਭ ਨੂੰ ਅਸਲਾਮ ਵਾਲੇਕਮ, ਕੀ ਹਾਲ ਸੋਹਣਿਓ? ਮੈਂ ਵਾਂ ਜੀ ਅਮਦਾਸੀ ਤੋਂ ਮਿਮਰਾਂ ਦੀ ਗੁਆਲਾ। ਤੁਹਾਡੀ ਅੱਖਾਂ ਦੇ ਸਾਹਮਣੇ ਘਰ ਦਾ ਕੰਮ ਸ਼ੁਰੂ ਹੋਏ, ਉਹਦੇ ਵਾਸਤੇ ਮੰਗਾਈ ਰੇਤ। ਉਹ ਜਿਹੜਾ ਡੈਂਪਰ ਫਸ ਗਿਆ ਦਾ, ਉਦਣ ਭਰੀ ਨਾਲ ਫਸ ਗਿਆ ਸੀ, ਅੱਜ ਖਾਲੀ ਫਸ ਗਿਆ। ਅਤੇ ਅੱਧਾ ਪੌਣਾ ਘੰਟਾ ਹੋ ਗਿਆ ਨਿਕਲਣ ਹੀ ਕੋਈ ਨਹੀਂ ਦਿਆ, ਉਹ ਕੱਢਣ ਦੇ ਹਾਂ। ਅਤੇ ਇੱਕ ਦੋ ਪਿੱਲਰ ਜਿਹਦੇ ਉੱਥੇ ਠੋਕੇ ਹਨ, ਉਹ ਨੁਕਸਾਨ, ਉਹ ਠੋਰੀ ਦਾ ਪੁੱਠੇ ਸਿੱਧੇ ਹੋ ਗਏ ਨੇ। ਬਾਕੀ ਜਿਹਾ ਤਾਂ ਰੇਤ ਲੈ ਕੇ ਆਏ ਹਾਂ, ਟਰਾਲੀ ਜੋ ਵੀ ਜਾਇਆ ਗਈ ਉਹ ਵੀ ਨੁਕਸਾਨ। ਅਤੇ ਹੁਣ ਅੱਲਾ ਕਰੇ ਹੁਣ ਨਿਕਲ ਜਾਏ, ਨਾ ਤਾਂ ਰਾਤ ਇੱਥੇ ਲੱਗ ਜਾਣੀ ਸਾਡੀ। ਬੜੀ ਪੜਤਾਲ ਦੀ ਕੋਸ਼ਿਸ਼ ਕਰਨ ਡੇ ਹਾਂ ਅਤੇ ਨਹੀਂ ਨਿਕਲਣ ਡਿਆ ਦਾ। ਬਾਹਰ ਜਿਹੜਾ ਨਾ ਧੁੰਦ ਚੈੱਕ ਕਰੋ ਕਿੰਨੀ ਹੈ। ਰਾਤ ਦਾ ਟਾਈਮ ਤਕਰੀਬਨ 11 ਵੱਜ ਗਏ ਨੇ ਅਤੇ ਕਾਲ ਆਈ ਬੰਦੇ ਇੱਕ ਦੀ, ਡੈਂਪਰ ਵਾਲੇ ਦੀ, ਰੇਤ ਮੰਗਵਾਈਏ ਨਾ। ਉਹ ਰੇਤ ਲੈ ਕੇ ਆਏ ਨੇ, ਉਸ ਤਾਂ ਲੱਗੀਆਂ ਜ਼ਰਾ ਜਾ ਕੇ ਆਈਓ ਫਿਰ। ਥੱਲੇ ਤੋੜ ਜਾਏਗਾ ਤੂੰ, ਵੇਖਣਾ ਜੀ ਥੱਲੇ ਉਤਰਿਆ, ਥੱਲੇ ਲਾ ਕੇ ਸਾਂ। ਤੇਰੇ ਵੱਲ ਵੇਖ ਕੇ ਅੱਛਾ, ਸਵੇਰੇ ਨਹਾਨੇ ਆਵੇ ਭਾਵ ਲਾਉਣੇ, ਥੱਲੇ ਲਾਉਣਾ ਅਤੇ ਜਾਂ ਉੱਤੇ ਰੱਖ ਕੇ ਲੈਣੀ, ਕਿਉਂਕਿ ਪਿੱਛੇ ਦਾ ਵੀ ਵੇਖਿਆ ਨਾ ਉੱਥੇ ਪ੍ਰੋਗਰਾਮ ਵੜ ਗਿਆ ਸੀ, ਅਤੇ ਹੁਣ ਜਿਹਾ ਉਹ ਹਿਸਾਬ ਲਾ ਕੇ ਹੀ ਲਾਵਾਂਗੇ। ਅਤੇ ਠੰਡ ਉਹ ਕਿੰਨੀ ਪੈਣ ਡਈ ਹੈ, ਅੱਧੀ ਜਿਹਾ ਨਾ ਪਰ ਇੱਥੇ ਲਵਾ ਲੱਗੇ ਜੇ, ਕਿਉਂਕਿ ਤੂੰ ਥਾਂ ਜਿਹਾ ਪੋਲਾ ਵੇਖੋ ਖੁੱਭ ਗਿਆ ਅੱਜ ਫਿਰ ਟਾਇਰ ਉੱਥੇ ਥੱਲੇ, ਇਸ ਵਾਸਤੇ ਅੱਧੀ ਇੱਥੇ ਲਵਾਉਣੇ ਅਤੇ ਅੱਧੀ ਅੱਗੇ ਕਰ ਗਿਆ। ਜਾ ਕੇ ਥੱਲੇ ਹੀ ਕਰ ਲੈ, ਹੋਰ ਪੁੱਛੋ ਕਦੀ। ਅੱਧੀ ਰੱਖ ਗਈ ਅੱਧੀ ਉਹਨੇ, ਅੱਧੀ ਜੇ ਨਾ ਇੱਥੇ ਲਵਾ ਲਈ ਜੇ, ਅੱਧੀ ਨਾ ਬੋਲੀ ਤਕਰੀਬਨ ਇੱਥੇ ਲੱਤ ਗਈ ਅਤੇ ਬਾਕੀ ਜੇ ਨਾ ਅੱਗੇ ਲਾ ਗਏ ਨੇ। ਕਿਹਦਾ ਬੂਆ ਡੈਮ ਬਣਿਆ ਰਣਵਾ ਇਹਨੇ ਹੀ ਨਹੀਂ ਖੜਕਾਇਆ, ਇਹ ਤੇ ਫੇਰ ਪੁੱਛਣ ਲੱਗਾ ਹਰ ਸ਼ਾਇ। ਠੰਡ ਜਿਹਾ ਬੜੀ ਹੈ, ਸ਼ੁਕਰ ਹੈ ਇਸ ਦਫਾ ਜਿਹਾ ਪ੍ਰੋਗਰਾਮ ਨਹੀਂ ਵਰਿਆ, ਪ੍ਰੋਗਰਾਮ ਤਾਂ ਵਰ ਗਿਆ। ਅੱਧੀ ਜਿਹਾ ਇੱਥੇ ਲੱਤ ਗਈ, ਅੱਧੀ ਅੱਧੀ ਨੂੰ ਥੋੜ੍ਹੀ ਵਿੱਚ ਵੇਖਾਂ, ਉਦਣ ਜਿਹਾ ਨੜੇਸ ਨੇ ਫਸ ਗਿਆ ਹਜੇ, ਅਤੇ ਅੱਜ ਖਾਲੀ ਕਰਕੇ ਫਸ ਗਿਆ। ਸ਼ੀਟਾਂ ਸ਼ੀਟਾਂ ਲਾ ਕੇ ਹੁਣ ਕੱਢਣ ਲੱਗੇ, ਪ੍ਰੋਗਰਾਮ 'ਚ ਜਿਹੜਾ ਫਿਰ ਵਰ ਗਿਆ, ਇਹ ਖਾਲੀ ਟਰੱਕ ਜਿਹੜਾ ਫਸ ਗਿਆ ਤਾਂ ਜੇ ਇੱਥੇ ਪਾਣੀ ਛਾਣੀ ਹੈ ਨਾ ਅਤੇ ਕੋਈ ਨਹੀਂ, ਇਸ ਜਗ੍ਹਾ ਜਿਹੜਾ ਤੇਰਾ ਡਾਡੀ ਹੋਈ ਹੈਗੀ ਜੀ ਭਾਈ, ਬੜੇ ਭੈਣ ਨੇ ਡੈਂਪਰ ਉੱਤੇ ਵਿੱਚ ਮਿੱਟੀ ਰੇਤ ਦੇ, ਇੱਟਾਂ ਘਰ ਥੱਲੇ ਬਹੁਤ ਇੱਟਾਂ ਲਾ, ਆਮੀ ਜੇ ਨਾ ਆਇਆ ਜੀ ਹੁਣ ਇੱਥੇ ਬੂਹਾ ਖੋਲ ਕੇ ਜਲਦੀ ਘਰ ਚਲਦੀ। ਇੱਥੋਂ ਕਈ ਫੜਨੇ ਸਹੀ, ਕਈ ਬੇਲ ਜਾ ਸਹੀ ਫੜੀ ਸਹੀ ਮੂੰਹ ਵਾਲਾ ਹਾਂਜੀ ਸਹੀ।
ਹਾਂ ਜੀ ਸਹੀ ਹੋ ਗਏ ਸਿੱਧੂ ਜਾਫਰ ਹੋ ਅਥਰ ਜਾਫਰ ਹੋ ਚੱਲ ਲੈ ਟਾਇਰਾਂ ਦੇ ਪਿੱਛੂ ਜੇ ਨਾ ਮਿੱਟੀ ਸਾਫ ਕਰਕੇ ਜੇ ਫੇਰ ਹੀ ਨਿਕਲਣਾ ਹੁਣ ਫਿਰ ਉੱਥੇ ਲੈ ਗਏ ਅੱਗੋਂ ਮੋਰ ਹੀ ਨੀ ਕੱਟਿਆ ਜਾਂਦਾ ਉਹ ਜਗ੍ਹਾ ਸਿੱਧੇ ਅੱਗੂ ਟਾਇਰ ਮੋਰ ਹੀ ਨੀ ਕੱਟਿਆ ਜਾਂਦਾ ਸ਼ੁਕਰ ਹੈ ਕਿਤੇ ਨਿਕਲੀ ਗਿਆ ਬਸ ਸ਼ੁਕਰ ਹੈ ਕਿਤੇ ਨਿਕਲ ਗਿਆ ਹੁਣ ਪਰਤਨ ਨਹੀਂ ਗਿਆ ਅੱਗੇ ਰੇ ਤੇ ਪਿੱਛੇ ਜੇ ਨਾ ਉਹਨੇ ਸਾਡੇ ਪਿੱਲਰ ਇੱਕ ਤੋਂ ਰੇ ਲੱਗਿਆ ਅੱਜ ਉਹ ਸੁਬਹ ਹੀ ਪਤਾ ਚੱਲੇਗਾ ਹੁਣ ਕੀ ਬਣਿਆ ਉਹਦਾ ਹੁਣ ਇਹ ਪਹਿਲਾਂ ਨਿਕਲ ਜਾਓ ਫਿਰ ਤੁਹਾਨੂੰ ਵਹਾਣਿਆ ਜਿਹੜਾ ਅੱਗੇ ਪਿੱਲਰ ਲਾਇਆ ਸੀ ਨਾ ਉਹਨੂੰ ਠੋਕ ਗਿਆ ਜੇ ਸੁਬਹਾ ਰੇਤ ਲਿਆਉਂਦੀ ਸੀ ਨਾ ਇਹਦੇ ਤੇ ਉੱਥੋਂ ਦੀ ਲੰਘ ਗਿਆ ਜੇ ਤੇ ਗਈ ਜਾਇਆ ਮੈਨੂੰ ਤਾਂ ਬੁਲਾਉਂਦਾ ਦਿੱਤੀ ਹੈ ਹੈਂ ਵਿੱਚ ਇੱਕ ਹੋਰ ਫਿਰ ਉਹ ਸਹੀ ਤੁਰ ਜਾਂਦਾ ਜੀ ਯਾ ਤੇਰੀ ਮਿਹਰਬਾਨੀ ਆ ਉਹ ਕਿਤੇ ਚਾੜਦਾ ਮੈਨੂੰ ਲੱਗਦਾ ਘੁੱਟ ਲਾ ਕੇ ਆਇਆ ਘੁੱਟ ਲਾ ਕੇ ਆਇਆ ਪਾਣੀ ਦੇ ਜਿਹੜੀ ਲੈ ਗਿਆ ਉਹ ਖਿਲਾਰ ਗਿਆ ਆਹੋ ਉਹ ਨਹੀਂ ਲੈ ਗਈ ਜਿੰਨੀ ਸਾਡੀ ਇੱਥੇ ਸਾਇਆ ਕੱਢ ਗਿਆ ਹੈ ਸਾਰੀ ਰੇਸ ਅੱਜ ਸੁੱਟ ਗਿਆ ਇੱਕ ਕੋਈ ਮੈਂ ਚਿੱਕੜ 'ਚ ਫਸ ਗਿਆ ਅੱਜ ਚਲੋ ਆਹ ਵੀ ਸਹੀ ਹੋ ਗਿਆ ਤੂੰ ਬੋਲਦਾ ਫਿਰ ਮੈਂ ਚਿੱਕੜ 'ਚ ਵੜ ਜਾਂਦਾ ਬਾਰ ਬਾਰੇ ਤੇ ਵੀ ਅੱਧੀ ਐ ਲਾਈ ਤੇ ਉੱਥੋਂ ਵੀ ਨਿਕਾ ਕੇ ਆਪੇ ਤੂੰ ਚੁੱਕ ਲਾਂਗੇ ਸੁਬਹ ਸੁਬਹ ਰਾਜ ਰਾਹ ਨੀ ਚੁੱਕਦੇ ਮਾਰੋ ਹਾਂ ਜਿਹੜਾ ਪੁੱਠਾ ਕੀਤਾ ਨੇ ਉਹ ਲੈਟ ਮਾਰੋ ਹੋਰ ਆ ਸਰੀ ਜੇ ਡਿੰਗੇ ਹੋਏ ਨੇ ਇਹਨਾਂ ਆਹ ਉਹਨੂੰ ਠੋਕੀ ਹਨ ਉੱਤੇ ਸਰੀ ਹੀ ਹੋਏ ਨੇ ਚਲੋ ਕੋਈ ਨਹੀਂ ਚਲੋ ਜੀ ਚਲੀਏ ਹੁਣ ਘਰ ਜਾ ਕਰੀਏ ਆਰਾਮ ਮਿਲਦੇ ਹਾਂ ਫਿਰ ਸੁਬਹ ਗੁੱਡ ਮਾਰਨਿੰਗ ਸੋਹਣਿਓ ਸੁਬਹ ਸੁਬਹ ਜੇ ਨਾ ਇੱਕ ਹੋ ਗਿਆ ਸਾਡਾ ਕੰਮ ਖਰਾਬ ਨੁਕਸਾਨ ਹੋ ਗਿਆ ਹੈ ਅਤੇ ਬਾਕੀ ਜੇ ਨਾ ਕੀ ਹੋਇਆ ਜੀ ਉਹ ਤੁਹਾਨੂੰ ਬਹਾਈਏ ਚਾਚੂ ਹੋਣਾ ਨਾ ਜੇ ਨਾ ਵੱਖਰਾ
चाचू जी होड़ी विजय आ गए जी ਤੇ ਕੀ ਮਸਲਾ ਬਣਿਆ ਚਾਚੂ ਜੀ ਲੈ ਲੈ ਨੂੰ ਖਾਲ ਦੇ ਪਿਆ ਸੀ ਕਿੰਨ ਦੇ ਪਿਆ ਸੀ ਖਾਲ ਜੇ ਗਿਆ ਯਾਰ ਤੇ ਧਿਆਨ ਹੀ ਰੱਖਿਆ ਧਿਆਨ ਰੱਖਿਆ ਸੀ ਤੇ ਖਾਲ ਜੇ ਦੇ ਕੇ ਫਿਰ ਕੀ ਹੋਇਆ ਸੀ ਇਹਨੂੰ ਠੰਡ ਲੱਗ ਗਈ ਤੇ ਕੋਈ ਤੈਨੂੰ ਬਿਸਤਰਾ ਬੂਸਤਰਾ ਪਾਉਣਾ ਸੀ ਗਿੱਲਾ ਹੋ ਗਿਆ ਸ਼ੇਰਾ ਤੇ ਫਿਰ ਇੱਥੇ ਅੱਗ ਬਾ ਕੇ ਨੂੰ ਸੁਕਾਇਆ ਵੀ ਸੀ ਫਿਰ ਅੰਦਰ ਤਰਿਆ ਸੀ ਤੂੜੀ ਵਾਲੇ ਉੱਤੇ ਬੋਰੀ ਸ਼ੋਰੀ ਦਿੱਤੀ ਸੀ ਤੇ ਲੈ ਲੱਗ ਲੈ ਲਈ ਵੇਖ ਲਾ घर बन दे कमरे बन दे सवेरे सवेरे लेला जी आना गया हूं तो बोटिया खानिया पैनिया सानू खाओ चाचा पत्रिया बह के चाचू जी बोटिया खानिया पैनिया हूं कच्चे खा लिया पैने खल खा लिया खवा लो बुढ़ी बंदा कौन नी मैं आहो सही आदा तो ही भी कहंदे ना बकड़ा बकड़ा तू खाओ बकड़ा खाओ बकड़ा गाल च परोलो फेर रस्सी आगे रस्सी फेर अहीं नीचे करना कुछ रस्सी फेर खाना ही पैना रांझा रस्सी फेर वही खवाना तुहानू ही है फेर 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 ए गाल च पा पतरी है अगे ओ और किधर ठंडे ओ मैं नहीं ओ भाई मैं नहीं लगाना ओ मैं नहीं जे खाना अगे ओ ओ मैं नहीं खाना गाल च ना परोवा ओ नहीं नहीं रखो थे रखो थे रखो थे रखो ले ला लाया छोड़दा बकरे नू जे ना ठंड ही लग गई ते अग शग बाली कोल दाने शाने खवाए के मतलब जे ना गर्म हो जाएगा पर जे ना पानी दे खाल दे विच किते डिगा लिया पता नहीं चोके लियांदा उथों ते अंदर रखिया ही तूड़ी वाले के ठंड ना लगे इनू पर उथे जे ना बहुता बीमार हो गया ते फिर बूरियां दे बहन नहीं बचना फिर इने जे फिर तकबीर फेर लई इनू जे फिर आख्या बचना ते इने है कोई नहीं बोटियां ते खाइए फिर खाओ जाजू जी खाओ कच्चे खा लो कोई नहीं अल्लाह और देगा इंशाल्लाह बोते ले लियो जाने के बकरा जो है ना किते डेग पे ही बार खा ले जे पानी आले ते ओथो पता नहीं किदों के ना काट के लियांदा है चाचू जी होरी कौन ले गया है चाचू जी ते मैं हां मैं चाचू जी ले के आए हन ते बा के लिया के उनां नु सुकाया अग बाली कोल दाने छाने खवाए ने ते जे ना कपड़ा छपड़ा ले बैठया ते कोल हनु ता चलो ठीक हो जाएगा पानी च डिगा पर जे ना ठंड ज्यादा ही लागी कल आई भी ठंड बड़ी ही बकरे दी खाल लान दे खा लो मेरी मगर लगे यार कोई नहीं होना चलो कुछ नहीं होता हौसला करो अल्लाह और दे देना तुम्हारी गाना ना हौसला तुम्हें नहीं करना तुम्हें नहीं करना बकरा कोई गल नहीं सब यही हौसला होता पिया वाह बकरा खा रहे हैं कुछ नहीं होता छोड़ी सा दिल कड़ा बगड़ा लाल करता है भाई वेखो चेक कर बकरे नु क्यों आई अमन नाली विच डिगी आई तू किन्ने कट के लिया है चाचा पिल्लू ने क्यों हो रहा
ਤੂੰ ਨਹੀਂ ਗਿਆ ਨਾਲ? ਕਿਉਂ? ਮੈਂ ਗਿਆ। ਤੂੰ ਚੌਕੇ ਨਹੀਂ ਲਿਆਂਦਾ? ਲਿਆਂਦਾ ਸੀ। ਅੱਛਾ, ਅਰਮਾਨ ਬਗਰੇ ਨੂੰ ਕਿਹਾ ਸੀ ਹੈਂ? ਨਾਲ ਗਿਆ? ਕਿਉਂ ਨਹੀਂ? ਤੂੰ ਚਾਵਲ ਕਿਉਂ ਨਹੀਂ ਗਿਆ? ਚਾਚੂ ਜਿਹਾ ਅਸੀਂ ਜੇ ਨਾ ਮਜ਼ਾਕ ਨੀ ਕਰਨ ਦੇ, ਉਹਨਾਂ ਦਾ ਮਜ਼ਾਕ ਨੀ ਉਡਾਉਣ ਦੇ, ਬਸ ਅਸੀਂ ਘੜੀ ਸ਼ੁਗਰ ਮੇਲਾ ਲਾਉਂਦੇ। ਚਾਚੂ ਜੀ ਉਦਾਸ ਹੋ ਜਾਂਦੇ ਨੇ ਬੱਕਰੀਆਂ ਨੂੰ ਲੈ ਕੇ, ਤੇ ਕੋਈ ਗੱਲਬਾਤ ਕਰਨੇ ਇਹੋ ਜਿਹੀ ਚਾਚੂ ਜੀ ਨਾ ਹੱਸ ਲੈਣਗੇ, ਤੇ ਇੰਜ ਜਿਹਾ ਉਦਾਸ ਹੀ ਵੇਖੋ ਬੈਠੇ ਹੋਏ ਨੇ ਜੀ। ਅਸੀਂ ਕੋਈ ਗੱਲ ਕਰਾਂਗੇ ਨਾ, ਸ਼ੁਗਰ ਮੇਲਾ ਲਾਵਾਂਗੇ ਉਹਨਾਂ ਨਾਲ, ਤੇ ਫਿਰ ਜਿਹੜਾ ਹੱਸ ਲੈਣਗੇ। ਤੇ ਜੇ ਨਾ ਜੀ ਬੋਟੀਆਂ ਪਕਾਉਣੀਆਂ ਹੋਈਆਂ ਦੱਸ ਲੈਣਗੇ ਭਾਅ ਜੀ, ਕਿਦੂ ਪਕਾਉਣੀਆਂ ਬੋਟੀਆਂ? ਚਾਚੂ ਜੀ ਹੋਣਾ ਕੋਈ ਇਜਾਜ਼ਤ ਲੈਂਦੇ ਆਪਣੇ ਯਾਰਾਂ ਨੂੰ ਜੇ ਨਾ ਸੱਦਣ ਵਾਸਤੇ ਭਾਅ ਜੀ, ਕਿਉਂਕਿ ਚਾਚੂ ਇਜਾਜ਼ਤ ਦੇਣਗੇ ਤੇ ਬੱਕਰਾ ਫੇਰ ਹੀ ਖਵਾਦਾ ਜਾਣਾ ਯਾਰਾਂ ਨੂੰ। ਹਾਂਜੀ ਦੱਸੋ ਕਿਹਨੂੰ ਕਿਹਨੂੰ ਖਵਾਉਣਾ ਜੇ? ਹੈਲੋ ਜੀ, ਯਾਰਾਂ ਨੂੰ ਪ੍ਰੋਗਰਾਮ ਕੈਂਸਲ ਹੈ ਹੈਂ? ਮੇਰੇ ਯਾਰਾਂ ਫਿਰ ਤੁਹਾਨੂੰ ਵਿਆਹ 'ਚ ਵੀ ਨਹੀਂ ਸੱਦਣਾ ਭਾਅ ਜੀ, ਫਿਰ ਕੋਈ ਧੋਖਾ ਨਹੀਂ ਅਤੇ ਕੋਈ ਫਰੇਬ ਨਹੀਂ। ਅੱਬੂ ਜਿਹੜੇ ਜੇ ਖਲ ਐਕਸਪਰਟ ਜੇ, ਤੁਹਾਨੂੰ ਪਤਾ ਕੁਰਬਾਨੀ 'ਚ ਈਦ ਵਾਲੇ ਦਿਨ ਵੀ ਅੱਬੂ ਜੀ ਖਲ ਲਾ ਲੈਂਦੇ ਨੇ, ਹੁਣ ਵੀ ਲੱਗੇ ਨੇ, ਅਸੀਂ ਜਾ ਸਿੱਖਣ ਡੇ ਆ ਗੋਲ ਖਲੋਕ। ਉਹਦੇ ਮੂੰਹ ਅੱਡੇ ਖਾ ਲਓ ਕੀ ਬੱਗੜਾ ਤੇ ਖਾਣਾ ਹੀ ਹੈ, ਇਹ ਕਹਿ ਛੱਡ ਯਾਰ, ਮੂੰਹ ਸੋਟੀਆਂ ਪੈਣਾ ਹੀ ਹੋਈਆਂ। ਚਾਚੂ ਜੀ ਸਾਨੂੰ ਕਹਿੰਦੇ ਰਹੇ ਆ ਵੀ ਬੱਕਰਾ ਇੱਕ ਪਕਾ ਕੇ ਖਵਾੜੋ, ਕਾਰਡ ਨਵਾਂ ਸ਼ੁਰੂ ਕੀਤਾ, ਤੇ ਚਾਚੂ ਹੋਰੀ ਬਾਈ ਨਹੀਂ ਮੰਨੇ, ਤੇ ਤੁਹਾਨੂੰ ਪਤਾ ਫਿਰ ਬਾਬਿਆਂ ਦੀ ਪਹੁੰਚ, ਬਾਬਿਆਂ ਨਾਲ ਪੰਗੇ ਲਈਏ ਤੇ ਫਿਰ ਜੇ ਨਾ ਕੰਮ ਹੋ ਜਾਂਦੇ ਨੇ ਖਰਾਬ, ਕਿਉਂਕਿ ਕੋਈ ਧੋਖਾ ਨਹੀਂ ਤੇ ਕੋਈ ਫੜੇਬ ਨਹੀਂ। ਉਹ ਚਾਚੂ ਹੋਣਾਂ ਦੀ ਗਲਤੀ ਕੋਈ ਨੀ, ਗਲਤੀ ਮੇਰੀ ਹੈ, ਮੈਂ ਬੱਕਰੇ ਨੂੰ ਕਿਹਾ, ਉਹ ਮੈਂ ਬੱਕਰਾ ਖਵਾਉਣ ਨੂੰ ਕਿਹਾ, ਮੇਰੀ ਗਲਤੀ ਹੈ ਭਾਅ ਜੀ, ਅਸੀਂ ਨਹੀਂ ਖਾਂਦੇ ਬੱਕਰਾ। ਚਾਚੂ ਹੋਰੀ ਨਹੀਂ ਨਹੀਂ ਨਹੀਂ, ਉਹ ਵੀਡੀਓ ਬੰਦ ਹੋ ਜਾਂਦੀ ਆ, ਕੰਮ ਕਰੀਏ ਤੇ ਵੱਜ ਜਾਂਦੀ ਨਹੀਂ, ਅੱਖ ਜੇ ਵੱਜੇ ਤੇ ਫੇਰ ਬੱਕਰਾ ਤੇ ਲਾਲ ਕੀਤਾ ਜੇ, ਇੱਕ ਹੋਰ ਲਾਲ ਕਰਨਾ ਜੇ ਬੱਕਰੇ ਦਾ ਵੀਡੀਓ ਵਿੱਚ ਨਾਮ ਹੀ ਨੀ ਲੈਣਾ ਭਾਅ ਜੀ, ਅਗਲੇ ਕਿਸੇ ਵਲੋਗ ਬੱਕਰੇ ਦਾ ਨਾਂ ਨੀ ਆਏਗਾ। ਬੱਕਰਾ ਜਿਹਾ ਨਾ ਛੋਟਾ ਹੀ ਤੇ ਥੋੜਾ ਜਿਹਾ ਗੋਰ ਤੇ ਦੇਖਣਾ ਕਿਲੇ ਕਿਲੇ ਕਿਸਮਤ ਜਾਏਗਾ। ਹੁਣ ਚਲੋ ਵੱਡਾ ਬੱਕਰਾ ਹੁੰਦਾ ਜਿਹੜਾ ਜਿਹੜਾ ਦੇਗ ਪਕਾ ਕੇ ਜਿਹੜਾ ਸਾਰਿਆਂ ਨੂੰ ਖਵਾ ਦਿੰਦੇ, ਪਰ ਜਿਹਨੇ ਹੁਣ ਛੋਟਾ ਹੀ ਹੈ ਅਤੇ ਇਹ ਸਾਡੀ ਇਹ ਨਹੀਂ ਹੀ ਸਹੀ ਆਉਣਾ, ਆਪਣੀ ਕਿਸਮਤ ਹੈ, ਆਪਣੀ ਹੀ ਸਹੀ ਆਉਣਾ। ਹੈਲੋ ਹਾਂ ਭਈਆ, ਕਿੰਨੇ ਕਿੰਨੇ ਗੋਰਾ ਜਿਹੜੇ ਆਏ ਹੋਏ ਜਿਹੜੇ ਮਿਰਚੀ ਜਿਹਨਾਂ ਨੂੰ ਪੂੜਾ ਆਈਏਗਾ, ਚਲੋ ਮੈਂ ਖਾ ਲੈਂਦਾ। ਬੱਕਰਾ ਜੀ ਹੈ ਨਾ ਡਾਕਟਰ ਦੇ ਕੋਲ ਵੀ ਜੇ ਨਾ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਰਾਤ ਹੀ ਨਾਲੇ ਇੱਕ ਜਿਹਾ ਸਾਡੇ ਇੱਥੇ ਨੇੜੇ ਡਾਕਟਰ ਕੋਈ ਨਹੀਂ ਹੈ, ਮਤਲਬ ਉਹ ਇੱਕ ਅੱਧਾ ਡਾਕਟਰਾਂ ਦਾ ਵੀ ਮੱਝਾਂ ਨੂੰ ਟੀਕੇ ਲਾਉਣ ਵਾਲਾ ਹੁੰਦਾ, ਬੱਕਰੀਆਂ ਦਾ ਜਾਂ ਪਰਿੰਦਿਆਂ ਦਾ, ਉਹ ਡਾਕਟਰ ਇੱਥੇ ਜੇ ਨਾ ਨੇੜੇ ਸਾਡੇ ਕੋਈ ਵੀ ਨਹੀਂ, ਉਹ ਸਿਟੀ ਨੇ, ਸ਼ਹਿਰ ਨੇ ਸਿਆਲਕੋਟ, ਅਤੇ ਐਡੀ ਦੂਰ ਨੇ ਉਹ, ਅਤੇ ਜਾਂ ਇੱਥੇ ਹੋਏ ਨਾ ਨੇੜੇ ਬੰਦਾ ਬੱਕਰੇ ਨੂੰ ਰੱਖ ਕੇ ਲਾਈ ਜਾਂਦਾ ਉੱਥੇ ਜੇ ਨਾ ਡਾਕਟਰ ਦੇ ਕੋਲ, ਅਤੇ ਉਹਦੀ ਵਜ੍ਹਾ ਨਾਲ ਆਪੀ ਨੁਸਖਾ ਦੇਸੀ ਨੁਸਖਾ ਕੋਈ ਦਾਣੇ ਛਾਣੇ ਖਵਾਏ ਉਹਨੂੰ ਗਰਮ ਕਰਨ ਲਈ, ਪਰ ਜੇ ਨਾ ਉਹ ਨਹੀਂ ਬਚ ਸਕਿਆ, ਨਹੀਂ ਕਿਸਮਤ 'ਚ ਜੋ ਵਾਲਾ ਨੂੰ ਮਨਜ਼ੂਰ, ਅਤੇ ਫਿਰ ਮੈਂ ਕਿਹਾ ਚਲੋ ਸਾਡੀ ਵੀ ਗਲਤੀ ਆਈ ਵੀ ਜੇ ਨਾ ਬਾਰ ਬਾਰ ਲੋਕਾਂ 'ਚ ਕਹਿੰਦੇ ਹਾਂ ਵੀ ਉੱਦਾਂ ਦੇ ਜਿੱਦਾਂ ਦੇ ਕਾਰਡ ਸ਼ੁਰੂ ਹੋਏ, ਚਾਹੇ ਉਹਨਾਂ ਬੱਕਰਾ ਖਵਾਉਣਾ ਬੱਕਰਾ ਖਵਾਉਣਾ, ਅਤੇ ਉਹ ਨਜ਼ਰ ਲੱਗ ਗਈ ਮੇਰੇ ਖਿਆਲ ਨਾਲ ਸ਼ਾਇਦ, ਬਾਕੀ ਜੋ ਵਾਲਾ ਨੂੰ ਮਨਜ਼ੂਰ, ਅਤੇ ਫਿਰ ਲਾਲ ਫਿਰ ਜੇ ਨਾ ਹੁਣ ਬੂਟੀਆਂ ਛੁੱਟੀਆਂ ਕਰਕੇ ਰੱਖ ਦਿੱਤੀਆਂ, ਉਹ ਖਾਣੀਆਂ ਪੈਣੀਆਂ ਨੇ, ਅਤੇ ਉਹ ਖਾਵਾਂਗੇ ਅਤੇ ਦੁਆ ਕਰਾਂਗੇ, ਅਤੇ ਤੁਸੀਂ ਵੀ ਦੁਆ ਕਰਿਓ ਕਿ ਜੇ ਨਾ ਅੱਲਾ ਸਾਡੇ ਘਰ ਨੂੰ ਜਲਦੀ ਜਲਦੀ ਜਾਂ ਮੁਕੰਮਲ ਕਰੇ, ਸਹੀ ਸਲਾਮਤ ਸਾਨੂੰ ਫਿੱਟ ਰੱਖ ਕੇ, ਤੁਹਾਡੀਆਂ ਦੁਆਵਾਂ ਦੇ ਨਾਲ ਹੀ ਹੋਣਾ, ਤੁਹਾਡੀ ਸਪੋਰਟ ਦੇ ਨਾਲ ਹੀ ਹੋਣਾ ਇਨਸ਼ਾਅੱਲਾ, ਬਾਕੀ ਤਾਂ ਫਿਰ ਬੱਕਰੀਆਂ ਅੱਲਾ ਉੜ ਦੇਗਾ, ਜਾ ਉੜ ਦੇ ਦੇਣਗੇ, ਬੱਕਰੀਆਂ ਵੱਧ ਜਾਣਗੀਆਂ ਇਨਸ਼ਾਅੱਲਾ, ਜੋ ਅੱਲਾ ਨੂੰ ਮਨਜ਼ੂਰ ਇਨਸ਼ਾਅੱਲਾ। ਫਿਰ ਮੇਰੇ ਨਾਲ ਸੁਭਾਨ ਐਸ ਵਲੋਗ ਜੇ ਅੱਜ ਦਾ ਵਲੋਗ ਇੰਨਾ ਲੱਗਾ, ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਮੈਨੂੰ ਇਜਾਜ਼ਤ, ਫਕੀਰਾਂ ਨਾਲ ਸਦਾ ਕਰ ਚਲੇ, ਮੀਆਂ ਖੁਸ਼ ਰਹੋ, ਹਮ ਦੁਆ ਕਰ ਚਲੇ, ਅੱਲਾ ਹਾਫਿਜ਼, ਬਾਏ ਬਾਏ, ਟਾਈਟ ਆਏ ਰੇ ਦਾ ਟੈਂਪਰ ਸਹਾਇਆ ਹੀ ਉਦਨ, ਅਤੇ ਵਲੋਗ ਨਹੀਂ ਅਪਲੋਡ ਹੋਇਆ ਅਤੇ ਬੜੀ ਮੁਸ਼ਕਿਲ ਅਪਲੋਡ ਹੋਣਦੇ ਨੇ, ਫਿਰ ਅੱਜ ਬੱਕਰੇ ਦਾ ਵੀ ਨਾਲ ਹੀ ਮਿਕਸ ਕਰਕੇ ਜੇ ਨਾ ਮੈਂ ਅਪਲੋਡ ਕੀਤਾ ਅਤੇ ਇੰਜੋਏ ਕੀਤਾ ਹੋਣਾ ਤੁਸੀਂ, ਜੇ ਇੰਜੋਏ ਨਹੀਂ ਕੀਤਾ ਤਾਂ ਇੱਕ ਵਾਰੀ ਫਿਰ ਵੇਖੋ, ਫਿਰ ਇੰਜੋਏ ਹੋਏਗਾ। ਬਾਏ ਬਾਏ, ਟਾਈਟ ਆਏ।